ਜੰਜੀਰਾਂ ਉਹ ਟੁੱਟ ਗਈਆਂ ਨੇ ਜੰਜੀਰਾਂ, ਤਾਲੇ ਖੁੱਲ ਜਾਣਗੇ ਜਿਹੜੇ ਸੱਚ ਤੇ ਪੰਜਾਬ ਦੇ ਹੱਕ ਨਾਲ ਟਕਰਾਉਣਗੇ, ਉਹ ਕੱਖਾਂ ਵਾਂਗੂ ਰੁਣ ਜਾਣਗੇ। ਵੀਰੋ ਨਾਰਾ ਹੀ ਇੱਕ ਹੈ ਤੇ ਤੁਹਾਡਾ ਧੰਨਵਾਦ ਕਰਨਾ ਉਸ ਗੱਲ ਕਰਕੇ। ਮੈਂ ਪੰਜਾਬ ਚ ਫਿਰਿਆ ਆਪਣੇ ਭਰਾਵਾਂ ਕੋਲੋਂ, ਪੰਜਾਬ ਦੇ ਹੱਕ ਲਈ ਮੰਗਦਾ ਫਿਰਿਆ ਤੇ ਤੁਸੀਂ ਝੋਲੀਆਂ ਭਰੀਆਂ, ਤੁਸੀਂ ਸਭ ਕੁਝ ਪੂਰਾ ਕੀਤਾ। ਕਿਉਂ? ਤੁਸੀਂ ਕੋਠੇ ਤੇ ਤੋਤਾ ਬਹਿਣ ਨਹੀਂ ਦਿੱਤਾ, ਜੀਜਾ ਸਾਲਾ ਬਹਿਣ। ਠੋਕੋ ਠੋਕੋ ਟਕਾ ਕੇ ਠੋਕੋ, ਜਿਹਨੇ ਪੋਤੜੇ ਖੋ ਕੇ ਜਾਊਂ ਮੈਂ ਸੁੱਕੇ ਗੱਪੀ ਦੇ, ਇਹਦੇ ਬੰਬ ਦੇਊਂ ਕੱਢ ਮੈਂ। ਵੇਖੋ ਮੇਰੀ ਘਰ ਵਾਲੀ ਨੇ ਕਿਹਾ, ਔਰ ਮੈਂ ਉਹਨੂੰ ਸੱਚ ਮੰਨਦਾ, ਉਹ ਕਹਿੰਦੀ ਪਿਛਲੀ ਈਸਵੀ ਦਾ ਸਭ ਤੋਂ ਵੱਡਾ ਗਪੌੜੀ ਇਹ ਸੁੱਖਾ ਗੱਪੀ ਆ। ਤੁਸੀਂ ਮੰਨਦੇ ਹੋ? ਬੋਲੇ ਨਾਲਾ ਲਾ ਦੇ ਫਿਰ, ਬੋਲੇ ਸੋਨਿਹਾ। ਕਹਿੰਦਾ ਮੇਰੇ ਬਾਪੂ ਨੂੰ ਪ੍ਰਧਾਨ ਮੰਤਰੀ ਬਣਾ ਦਿਓ। ਹਜੇ ਮੁੱਖ ਮੰਤਰੀ ਬਣਿਆ ਨੀ, ਮੇਰੇ ਬਾਪੂ ਨੂੰ ਪ੍ਰਧਾਨ ਮੰਤਰੀ ਬਣਾ ਦਿਓ। ਗੰਢੇ 80 ਰੁਪਈਏ ਤੋਂ 4 ਰੁਪਈਏ। ਵਾਹ ਠੋਕੋ ਤਾੜੀ। ਦੇਖੋ ਗੱਪ ਤੇ ਮਤਲਬ ਗੱਪਾਂ ਦੀਆਂ ਤੁਸੀਂ, ਮੈਂ ਤੁਹਾਨੂੰ ਸੁਣਾਉ ਸਹੀ, ਤੁਸੀਂ ਅੱਜ ਦੇਖੋ। ਤੁਸੀਂ ਕਹਿੰਦਾ ਕਾਰਕਰਤਾ ਵੀਰੋ ਆਪਣੇ ਪੱਲੇ ਹਰਾਮ ਦੇ ਪੈਸੇ ਜਾਂ ਟਰਾਲੀਆਂ ਭਰ ਪੈਸੇ ਭੇਜੂ ਤੁਹਾਨੂੰ, ਟਰਾਲੀਆਂ ਭਰ। ਸੁਣਿਆ ਕਿ ਨਹੀਂ ਸੁਣਿਆ ਦੱਸੋ? ਅੱਛਾ ਜੀ ਸੱਚੀ ਗੱਲ ਦੱਸੋ ਵੀਰ, ਸੁਣਿਆ ਕਿ ਨਹੀਂ ਸੁਣਿਆ? ਹਾਂ ਟਰੱਕ ਭਰ ਕੇ ਦਿਓ, ਟਰੱਕ ਭਰ ਕੇ ਭੇਜੋ ਤੁਹਾਡੇ। ਬਿਜਲੀ ਜਿੱਦਣੇ ਡਿਪਟੀ ਬਣਿਆ ਪੰਜਾਬ ਦੇ, ਉਹ ਲੋਕੋ ਬਿਜਲੀ ਫਰੀ, ਉਹ 24 ਘੰਟਿਆਂ 'ਚ 15 ਘੰਟੇ ਆਉਂਦੀ ਨਹੀਂ ਫਰੀ ਤੇ ਆਪੇ ਹੋ ਗਈ। ਠੋਕੋ ਠੋਕੋ ਜਿਹੜਾ ਟਕਾ ਕੇ ਮੈਂ ਦੇਖੋ ਸਹੀ ਆ, ਜਿਹੜਾ ਬੰਬ ਦੇ ਉਹ ਕੱਢ ਮੈਂ। ਜੇ ਕੋ ਮੈਂ ਝੂਠ ਬੋਲਦਾ ਵਾ ਤਾਂ ਤੁਸੀਂ ਦੱਸੋ, ਇਹ ਗੱਲਾਂ ਇਹਨੇ ਕਹੀਆਂ ਨੇ ਕਿ ਨਹੀਂ ਕਹੀਆਂ? ਅੱਛਾ ਉੱਥੇ ਐਮਸਟਰਡਮ ਚਲਿਆ ਗਿਆ, ਐਮਸਟਰਡਮ ਆਪਣੇ ਬਾਪੂ ਨਾਲ। ਉੱਥੇ ਪਾਣੀ 'ਚ ਕਿਤੇ ਬੱਸ ਦੇਖ ਲਈ, ਕਹਿੰਦਾ ਬਾਪੂ ਮੈਂ ਤਾਂ ਇਹੀ ਉਹ ਬੱਸ ਲੈਣੀ, ਬਾਪੂ ਇਹੀ ਉਹ ਬੱਸ ਲੈਣੀ। ਬਾਪੂ ਕਹਿੰਦਾ ਇਹ ਬੱਸ ਕਿਉਂ ਲੈਣੀ ਹੈ, ਤੈਨੂੰ ਹੋਇਆ ਕੀ ਹੈ? ਹੈਂ ਹੋਇਆ ਕੀ ਹੈ? ਤੇ ਪਾਣੀ ਵਾਲੀ ਬੱਸ ਆਪਾਂ ਪੁੱਤਰ PRTC ਘਾਟੇ ਜਾਂਦੀ। ਕਹਿੰਦਾ ਨਾ 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 ਮੈਂ ਤਾਂ ਇਹੀ ਉਹ ਲੈਣੀ। ਲੋ ਲਿਆਉਂਦੀ ਜੀ ਬੱਸ 8 ਕਰੋੜ ਰੁਪਈਏ ਦੀ। ਜਦੋਂ 8 ਕਰੋੜ ਦੀ ਬੱਸ ਲਿਆਂਦੀ, ਪਾਣੀ ਨੀਵਾਂ, ਬੱਸ ਚੱਲੇ ਨਾ ਕਰੇ ਫੱਕ 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 ਫੱਕ, ਬਾਦਲਾਂ ਦਾ ਘੜੋਕਾ ਫੱਕ। ਹੈਂ ਉਹਨੇ ਕਹਿੰਦਾ ਪਾਣੀ ਛੱਡੋ, ਪਾਣੀ ਪਾਣੀ ਛੱਡਤਾ। ਪਿੱਛੋਂ ਪਾਣੀ ਛੱਡਿਆ, ਭਾਫੜਾ ਮੇਨ ਲਾਈਨ 'ਚੋਂ 25 ਪਿੰਡ ਰੁੜ ਗਏ। ਮੈਂ ਕੋਈ ਝੂਠ ਬੋਲਦਾ? ਉੱਥੇ ਪ੍ਰੈਸ ਕਾਨਫਰੰਸ ਹੋਈ, ਬਾਦਲ ਆਇਆ ਉੱਥੇ, ਕਹਿੰਦਾ ਫਿਕਰ ਨਾ ਕਰੋ ਜੀ, ਫਿਕਰ ਨਾ ਕਰੋ, ਪਾਣੀ ਵਾਲੀ ਬੱਸ ਫਲਾਨਾ ਟਮਕਾਨਾ, ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ। ਹੈਂ ਤੂੰ ਕਹਿੰਦਾ ਜੀ ਆਹ ਕੀ ਕੀਤਾ ਬਾਦਲ ਸਾਹਿਬ? ਕਹਿੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਤੁਰ ਗਿਆ। ਉਹ ਪਿੱਛੇ ਮੁਹੰਮਦ ਸਦੀਕ ਖੜਾ ਸੀ, ਕਹਿੰਦਾ ਚੱਲ ਗਿਆ ਤੀਰ ਨਹੀਂ ਤੇ ਤੁੱਕਾ, ਰੋੜ ਕੇ ਹਰੀਕੇ ਵਾਲੇ ਪਾਣੀਆਂ 'ਚ ਘੜੋਕਾ, ਕੱਛਾਂ ਫਿਰੇ ਵਜਾਉਂਦਾ ਸੁੱਖਾ। ਕਹਿੰਦੇ ਗੱਲ ਤੇ ਬੜੀ ਸਿਆਣੀ ਹੈ ਬਾਪੂ, ਕਹਿੰਦਾ ਹਜੇ ਤੇ ਮੇਰੇ ਮੁੰਡੇ ਦੀ ਉਮਰ ਹੀ ਨਿਆਣੀ ਹੈ। ਠੋਕੋ ਠੋਕੋ ਤਾੜੀ ਠੋਕੋ, ਇਹਦੇ ਬੰਬ ਦੇ ਕੱਢ ਮੈਂ। ਹੈਂ ਹੈ ਖੜ ਜੂ ਬਾਪੂ ਵੀ, ਬਾਪੂ ਇਹਦਾ ਵੀ ਬਾਪ ਹੈ, ਵਾਕਈ ਬਾਪ ਹੈ। ਖੜੂ ਦੇਖ ਰਿਹਾ ਕਿਵੇਂ? ਦੇਖੋ ਇਹ, ਦੇਖੋ ਦੇਖੋ ਦੇਖੋ, ਆਹ ਦੇਖ ਲਓ। ਰਾਜ ਨਹੀਂ ਸੇਵਾ, ਹਾਏ ਓਏ ਸੇਵਾ, ਭੈਣੇ ਭੈਣੇ ਯਾਰ ਮੇਰੀ ਫਤੋ ਦੇ। ਹੈਂ 10% ਸੇਵਾ ਤੇ 90% ਮੇਵਾ, ਕੋਈ ਸੁਣਿਆ ਕਿ ਨਹੀਂ ਸੁਣਿਆ? ਹੈ ਵਾਹ ਤੇਰੇ ਵਾਹ। ਹਜੇ ਤਾਂ ਮੈਂ ਅੱਗੇ ਚੱਲੂ, ਦੇਖੋ ਸਹੀ। 20 ਸਾਲ ਵੀਰੋ, 20 ਸਾਲ ਇੱਥੇ MLA ਘੁਆੜ ਸਾਹਿਬ, 20
20 ਸਾਲ ਇਹਨਾਂ ਦਾ ਰਾਜ ਤੇ 20 ਸਾਲ ਦੇ ਵਿੱਚ ਇਹਨਾਂ ਨੂੰ ਪੁੱਛੋ ਆ ਪਿਛਲੇ 1 ਸਾਲ 'ਚ ਸੜਕਾਂ ਪਵਾਈਆਂ ਮੇਰੇ ਭਰਾ ਨੇ ਆਹ ਦੇਖ ਲਓ ਕੈਪਟਨ ਸਾਹਿਬ ਵਰਗੀਆਂ ਮੁੱਛਾਂ ਵਿਆਹ ਤੋਂ ਬਾਅਦ ਵੀ ਇਹਦੀਆਂ ਮੁੱਛਾਂ ਖੜੀਆਂ ਨੇ ਕੁਛ ਤਾਂ ਬੰਦਾ ਹੋਊਗਾ ਇਹ ਹੈਂ ਠੋਕੋ ਠੋਕੋ ਤਾੜੀ ਠੋਕੋ ਸ਼ੇਰ ਚੱਲਿਆ ਕਰਦੇ ਆ ਖੁਦਦਾਰ ਚੱਲਿਆ ਕਰਦੇ ਆ ਸਿਰ ਉੱਚਾ ਕਰਕੇ ਕੌਮ ਤੇ ਸ਼ੇਰੋ ਵਾਲੀ ਸਰਦਾਰ ਚੱਲਿਆ ਠੋਕੋ ਗੱਲ ਕਰਦੀ ਹੈ ਮੈਂ ਦੇਖੋ ਸਹੀ ਬੰਦਾ ਪੂਰਾ ਦੇਖੋ ਸਹੀ ਨਜ਼ਾਰਾ ਸੜਕਾਂ ਦੇਖਿਆ ਕਹਿੰਦੇ ਜਿਹੜੇ ਪਿੰਡਾਂ ਦੇ ਅੰਦਰ ਜਿਹੜੀਆਂ ਸੜਕਾਂ ਨੇ ਦੇਖੀਆਂ ਕਹਿੰਦੇ ਕਦੋਂ ਗਡਕਰੀ ਸਾਹਿਬ ਨੇ ਅਸੀਂ ਉਹ ਸੜਕਾਂ ਬਣਾਉਣੀਆਂ ਬੰਬ ਸੁੱਟ ਦਿਓ ਸੜਕ ਨੂੰ ਕੁਛ ਨਹੀਂ ਹੁੰਦਾ ਲੈ ਇੱਥੇ ਤੁਸੀਂ ਉਹ ਛੋਟੇ ਪਟਾਕੇ ਛੱਡ ਦਿਓ ਸੜਕ ਭੁਰ ਜਾਂਦੀ ਹੈ ਹੈਂ ਇਹ ਨਹੀਂ ਪਤਾ ਲੱਗਦਾ ਸੜਕ 'ਚ ਟੋਆ ਹੈ ਜਾਂ ਟੋਏ 'ਚ ਸੜਕ ਹੈ ਜਾਂ ਦੱਸ ਦਿਓ ਕੋਈ ਨਵੀਂ ਨਵਾਈ ਵੋਟੀ ਲਈ ਜਾਂਦਾ ਹੋਵੇ ਤੇ ਭੌਂ ਭੌਂ ਕੇ ਪਿੱਛੇ ਹੀ ਦੇਖਦਾ ਰਹਿੰਦਾ ਰਹਿ ਗਈ ਕਿ ਪੈ ਗਈ ਠੋਕੋ ਤਾੜੀ ਠੋਕੋ ਜੇ ਮੈਂ ਸੱਚ ਬੋਲਦਾ ਟਕਾ ਕੇ ਠੋਕੋ ਸੁੱਖਾ ਗੱਪੀ ਕਿੱਥੇ ਪੈ ਗਿਆ ਪੱਲੇ ਹੈਂ ਪਾਣੀ ਤੇ ਬੱਸ ਚਲਾਊ 4 ਰੁਪਈਏ ਗੰਢੇ ਕਰੂ ਟਰਾਲੀਆਂ 'ਚ ਪੈਸੇ ਭੇਜੂ ਪਰ ਮੈਂ ਹੈਰਾਨ ਹੀ ਰਹੀ ਹਾਂ ਵਾਈ ਫਾਈ ਫਿਰ ਕਹਿੰਦਾ ਮੈਂ ਵਾਈ ਫਾਈ ਫਰੀ ਕਰੂੰ ਆਪ ਹੋ ਗਿਆ ਹਾਈ ਫਾਈ ਤੇ ਵਾਈ ਫਾਈ ਕਿਤੇ ਦੇਖਿਆ ਨਾ ਤੁਸੀਂ ਵੀਰੋ ਇਹ ਜੋ ਮਰਜ਼ੀ ਕਹੇ ਇਹ ਜੋ ਮਰਜ਼ੀ ਕਹੇ ਅੱਜ ਆਪਾਂ ਨੂੰ ਇੱਕ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਇਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕਿੱਥੇ ਲਿਆ ਕੇ ਖੜਾ ਕਰਤਾ ਇਹ ਤਾਂ ਸਾਡੀ ਸਾਖ ਦਾ ਸਵਾਲ ਹੈ ਨਾ ਸਾਡੀ ਇੱਜ਼ਤ ਦਾ ਸਵਾਲ ਹੈ ਇਹ ਤਾਂ ਜੰਗ ਦੀ ਤੂਤੀ ਬੋਲਦੀ ਹੈ ਜੰਗ ਦੀ ਤੂਤੀ ਬੋਲਦੀ ਹੈ ਹਰਾਮ ਤੇ ਇਮਾਨ ਸੱਚ ਤੇ ਝੂਠ ਨੇਕੀ ਤੇ ਬਦੀ ਨਾ ਬਾਪ ਬੜਾ ਨਾ ਭਈਆ ਸੁਖਬੀਰ ਦੇ ਲਈ ਦਾ ਹੋਲ ਥਿੰਗ ਇਜ਼ ਦੈਟ ਕਿ ਭਈਆ ਸਭ ਤੋਂ ਬੜਾ ਰੁਪਈਆ ਧੰਦਾ ਕਰਦਾ ਹੈ ਇਹ ਧੰਦਾ ਕਰਨ ਵਾਲੇ ਲੋਕ ਨੇ ਇਹਨਾਂ ਪੰਜਾਬ ਨੂੰ ਵੇਚ ਛੱਡਿਆ ਇਹਨੂੰ ਤਾਂ ਸੱਚੀ ਗੱਲ ਸੁਣੋ ਜਾਂ ਤੇ ਆਗਰੇ ਦੀ ਥਾਂ ਹੈ ਜਿੰਨੇ ਝੂਠ ਬੋਲਦਾ ਤੇ ਜਾਂ ਅੰਮ੍ਰਿਤਸਰ ਇਹਨੂੰ ਤਾਰਾਂ ਲਵਾਓ ਹੱਸੋ ਨਾ ਮੈਂ ਠੀਕ ਹੀ ਜਾਂਦਾ ਇਹਨੂੰ ਤਾਰਾਂ ਲਵਾਉਣ ਵਾਲੀਆਂ ਤੇ ਅੱਗੇ ਦਾ ਸਾਲਾ ਗੰਨੇ ਤੋਂ ਗੰਢੇਰੀ ਮਿੱਠੀ ਗੁੜ ਤੋਂ ਮਿੱਠਾ ਰਾਲਾ ਭਾਈ ਤੋਂ ਭਤੀਜਾ ਪਿਆਰਾ ਸਭ ਤੋਂ ਪਿਆਰਾ ਸਾਲਾ ਹੈਂ ਵਾਹ ਜੀ ਵਾਹ ਇਹ ਇੱਕ ਵਾਰੀ MLA ਬਣੇ ਤੇ ਇਹ ਮੰਤਰੀ ਬਣਦੇ ਆ ਮੰਨਿਆ ਮੰਤਰੀ ਬਣਾਇਆ ਕਿਹਨੇ ਫਖਰੇ ਕੌਮ ਨੇ ਫਖਰੇ ਕੌਮ ਜਾਣਦੇ ਹੋ ਨਾ ਫਖਰੇ ਕੌਮ ਨੇ ਦੋ ਫੁਕਰੇ ਭੇਜੇ ਇੱਥੇ ਫੁਕਰੇ ਇਹ ਇਹਦਾ ਸਾਲਾ ਤੇ ਇਹ ਵੀਰੋ STF ਦੀ ਰਿਪੋਰਟ ਆ ਗਈ ਨਸ਼ਿਆਂ ਦਾ ਅੱਡਾ ਬਣਾਤਾ ਸ਼ਾਹਕੋਟ ਨਸ਼ਿਆਂ ਦਾ ਅੱਡਾ ਬਣਾਤਾ ਜੇ ਝੂਠ ਬੋਲਾਂ ਤੇ ਅੱਜ ਰਾਜਨੀਤੀ ਛੱਡਣ ਨੂੰ ਤਿਆਰ ਹਾਂ ਇਹਨਾਂ ਕੌਮ ਤਬਾਹ ਕਰਤੀ ਖਰਬੂਜੇ ਨੂੰ ਦੇਖ ਖਰਬੂਜਾ ਰੰਗ ਬਦਲਦਾ ਕੱਲ ਖੜ ਗਿਆ ਉੱਥੇ ਫਸਲ ਦੇ ਉੱਤੇ ਕਹਿੰਦਾ ਫਸਲ ਨਾਸ਼ ਹੋ ਗਈ ਔਰ ਸੁਖਬੀਰ ਬਾਦਲ ਫਸਲ ਨਾਸ਼ ਨਹੀਂ ਹੋਈ ਨਸਲ ਨਾਸ਼ ਕਰਤੀ ਤੁਸੀਂ ਨਸਲ ਨਾਸ਼ ਕਰਤੀ ਨਸਲ ਤੇ ਤੇਰੇ 'ਚ ਦਮ ਹੈ ਤੂੰ ਇੱਕ ਮਾਂ ਦਾ ਦੁੱਧ ਪੀਤਾ ਤੇ ਲੋਕਾਂ 'ਚ ਬੈਠ ਚਾਹੇ ਸਿੱਧੂ ਨਾਲ ਬੈਠ ਤੇ ਚਾਹੇ ਜਾਖੜ ਨਾਲ ਬੈਠ ਤੇ ਚਾਹੇ ਪ੍ਰਗਟ ਨਾਲ ਬੈਠ ਤੇ ਨੰਗਾ ਕਰਕੇ ਪੋਤੜੇ ਨਾਲ ਖੋਲਤੇ ਤੇ ਸਿੱਧੂ ਨਾਮ ਨਾ ਕਹੀ ਕਿ ਦਮ ਹੈ ਤਾਂ ਬੈਸਟ ਆ ਹੈ ਤੇਰੇ 'ਚ ਦਮ ਹੈ ਤੇਰੇ 'ਚ ਜ਼ਰੂਰਤ ਕਰ ਸਕਦਾ ਤੂੰ ਬੈਸਟ ਅਕਾਲੀ ਦਲ ਫਿਰ ਮਾਨ ਸਾਹਿਬ ਦੀ ਪਾਰਟੀ ਹੈ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੀ ਪਾਰਟੀ ਹੈ ਅਕਾਲੀ ਦਲ ਉਹਨਾਂ ਯੋਧਿਆਂ ਦੀ ਪਾਰਟੀ ਜਿਹਨਾਂ ਤਿਆਗ ਕੀਤਾ ਬਲੀਦਾਨ ਕੀਤਾ ਜਾਨਾਂ ਵਾਰੀਆਂ ਔਰ ਕਿਹਾ ਇਹ ਨਜ਼ਰਾਂ ਨਹੀਂ ਬਣੀਆਂ ਚੁੱਕਣ ਵਾਸਤੇ
ਇਹ ਤੇ ਬਣੀਆਂ ਨੇ ਸ਼ਹੀਦੀਆਂ ਤੇ ਖੁਮਾਰੀਆਂ ਦੇ ਲਈ, ਦੋ ਕੰਮਾਂ ਵਾਸਤੇ ਸਾਡੇ ਸਿਰ ਬਣੇ, ਜਾਂ ਆੜੀਆਂ ਦੇ ਲਈ ਤੇ ਜਾਂ ਸਰਦਾਰੀਆਂ ਦੇ ਲਈ। ਕਿੱਥੇ ਲਿਆ ਕੇ ਖੜੀ ਕਰਤੀ ਇਸ ਪਾਰਟੀ ਨੇ, ਆਪਣੀ ਜਗੀਰ ਬਣਾ ਕੇ ਖੜੀ, ਪ੍ਰਾਈਵੇਟ ਲਿਮਿਟਡ ਪਾਰਟੀ ਬਣਾ ਕੇ ਖੜੀ ਕਰਤੀ ਜੀਜੇ ਸਾਲੇ ਨੇ। ਕਿੱਥੇ ਖੜਾ ਕਰਤਾ ਅਕਾਲੀ ਦਲ ਇਹਨਾਂ ਨੇ, ਦੋ ਕੌੜੀ ਦਾ ਕਰਕੇ ਖੜਾ ਕਰਤਾ ਇਹਨਾਂ ਨੇ। ਜਿੰਨੇ ਟਕਸਾਲੀ ਅਕਾਲੀ ਉਹ ਡੋਬ ਤੇ, ਐਸਟੀਐਫ ਦੀ ਰਿਪੋਰਟ ਕਹਿੰਦੀ ਹੈ ਕਿ ਮਜੀਠੀਆ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਚਿੱਟਾ ਵੇਚਦਾ ਸੀ। ਜਿੰਨੇ ਵੀ ਤਸਕਰ ਵਿਦੇਸ਼ਾਂ ਚੋਂ ਆਉਂਦੇ ਸੀ, ਸੱਤਾ ਪਿੰਡੀ ਅਮਰਿੰਦਰ, ਉਹ ਤਿੰਨੋਂ ਇਹਨੇ ਘਰਾਂ 'ਚ ਰਹਿੰਦੇ ਸੀ। ਜਦੋਂ ਰੁਸਤੇ ਹੁੰਦੇ ਇਹ ਫੈਸਲਾ ਕਰਾਉਂਦਾ, ਵੀਰੋ ਅਸੀਂ ਲੋਕਾਂ ਦੀ ਕਣਕ ਚੁੱਕੀ ਹੈ, ਕੈਪਟਨ ਸਾਹਿਬ ਨੇ 5 ਏਕੜ ਵਾਲੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਹੈ, ਤੇਰੇ ਵਾਂਗੂ ਚਿੱਟਾ ਨਹੀਂ ਵੇਚਿਆ, ਤੇਰੇ ਵਾਂਗੂ ਚਿੱਟਾ ਨਹੀਂ ਵੇਚਿਆ। ਇਹ ਤੁਸੀਂ ਫੈਸਲਾ ਕਰਨਾ। ਗੁਰੂ ਗੋਬਿੰਦ ਸਿੰਘ ਦਾ ਦਰਬਾਰ ਲੱਗਿਆ ਸੀ, ਕਿਸੇ ਨੇ ਪੁੱਛਿਆ ਗੁਰੂ ਸਾਹਿਬ ਬੰਦਾ ਕਿਹੜਾ ਚੰਗਾ ਤੇ ਜਨਾਨੀ ਕਿਹੜੀ ਚੰਗੀ, ਕੋਈ ਕਹੇ ਜੀ ਕੁੰਡੀਆਂ ਮੁੱਛਾਂ ਖੜਖੜ ਕਰਦੇ ਚਾਦਰੇ, ਚੌੜੀ ਛਾਤੀ, 8 ਫੁੱਟ ਦਾ ਕੱਦ ਹੋਵੇ, ਡੌਲੇ ਫੜਕਦੇ ਮਾਰੇ ਹੂਰਾ, ਬੰਦਾ ਹੀ ਧਰਤੀ 'ਚ ਕੱਢਦੇ ਗੁਰੂ ਸਾਹਿਬ ਬੰਦਾ ਤੇ ਉਹੀ ਚੰਗਾ ਹੁੰਦਾ। ਕੋਈ ਕਹੇ ਜੀ ਜਨਾਨੀ ਉਹ ਚੰਗੀ ਜਿਹਦੀਆਂ ਅੱਖਾਂ ਬਿਲੌਰੀ, ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ, ਅੱਖਾਂ ਬਿਲੌਰੀ ਨੈਣ ਨਕਸ਼ ਤਿੱਖੇ। ਗੁਰੂ ਸਾਹਿਬ ਨੇ ਕਿਹਾ ਗੱਲ ਸੁਣੋ, ਓਏ ਬੰਦਾ ਉਹ ਚੰਗਾ ਜਿਹੜਾ ਵਚਨ ਦਾ ਪੱਕਾ, ਤੇ ਜਨਾਨੀ ਉਹ ਚੰਗੀ ਜਿਹਦੀਆਂ ਅੱਖਾਂ ਦੇ ਵਿੱਚ ਸ਼ਰਮ ਤੇ ਹਯਾ ਹੋਵੇ। ਕਿਹੜੇ ਵਚਨ ਨਿਭਾਏ ਇਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ, ਜਿਹੜੇ ਅੱਜ ਲੂਰ ਲੂਰ ਕਰਦੇ ਇਹ ਇੱਥੇ ਆ ਗਏ। ਬਾਦਲ ਸਾਹਿਬ ਨੂੰ ਪੁੱਛੋ, ਕਹਿੰਦਾ ਭਾਰਤ ਰਤਨ ਦੇ ਦਿਓ ਫਕਰੇ ਕੌਮ ਨੂੰ। ਬੀਬੀ ਕਹਿੰਦੀ ਮੈਂ ਰੈਜ਼ਿਗਨੇਸ਼ਨ ਦੇ ਦੂੰ, ਤੁਸੀਂ ਕਦੇ ਸਰਪੰਚੀ ਨੀ ਛੱਡੀ, ਤੁਸੀਂ ਮੰਤਰੀ ਪਦ ਛੱਡਣ ਵਾਲੇ, ਤੁਸੀਂ ਤੇ ਲਸੂੜ ਵਾਂਗੂ ਚਿੰਬੜੇ ਹੋ ਕੁਰਸੀ ਨੂੰ, ਤੁਸੀਂ ਕਦੇ ਕੁਛ ਛੱਡਿਆ? ਤੇ ਵੀਰੋ ਜੱਟ ਦਾ ਵੀ ਵਾਅਦਾ ਤੁਹਾਨੂੰ, ਜੇ ਉਮਰ ਰਹੀ ਤੇ ਤਾਕਤ ਵਧੀ ਤੇ ਮੁੱਦਾ ਪਾਊਂ ਮਜੀਠੀਏ ਨੂੰ ਤੇ ਉੱਤੇ ਪਤਾ ਲਵਾਊਂ। ਯਾਦ ਰੱਖਿਓ ਤੁਸੀਂ ਮੇਰੀ ਗੱਲ, ਪਤਾ ਲਵਾਊਂ ਜਿਹਦੇ ਤੇ ਲਿਖਿਆ ਹੋਊ ਫਿਰ ਕਬ ਮਿਲੋਗੇ, ਆਣ ਮਿਲੋ ਸੱਜਣਾ, ਠੋਕੋ ਤਾਰੀ। ਵੀਰੋ ਇਹ ਗੱਲਾਂ ਕਰਦੇ ਆ, ਇਹ ਮਾਈਨਿੰਗ ਦੀਆਂ ਗੱਲਾਂ ਕਰਦੇ ਆ, 40 ਕਰੋੜ ਰੁਪਈਆ ਜਮ੍ਹਾਂ ਕਰਾਇਆ ਇਹਨਾਂ ਨੇ ਸਾਲ ਦਾ, ਤੇ ਤੇਲੰਗਾਨਾ ਵਰਗਾ ਸੂਬਾ ਇੱਕ ਦਰਿਆ ਦੇ ਨਾਲ 11 ਦਿਨਾਂ ਦੇ ਵਿੱਚ 47 ਕਰੋੜ ਰੁਪਈਆ ਸੂਬੇ ਨੂੰ ਜਮ੍ਹਾਂ ਕਰਾਉਂਦਾ। ਇਹ ਗੱਲਾਂ ਕਰਦੇ ਆ, ਆਰਥਿਕ ਆਤੰਕਵਾਦ ਦੇ ਮਾਲਕ ਸੀ ਇਹ, ਲੋਕਾਂ ਨੂੰ ਡਰਾ ਕੇ ਰੱਖਿਆ। ਸਹੀ ਕਿਹਾ ਤੁਸੀਂ ਪਰਨੇ ਦੀ, ਤੇ ਜਿਹੜੀ ਅੱਗੇ ਕਿਹੜੀ ਤੁਸੀਂ ਪੁਲਿਸ ਦੇ ਪਰਚਿਆਂ ਦੀ ਰਾਜਨੀਤੀ, ਜਿਹੜੀ ਬਿਲਕੁਲ ਸਹੀ ਕਿਹਾ ਤੁਸੀਂ। ਇਹਨਾਂ ਨੇ ਲੋਕਾਂ ਦੇ ਗਲਾਂ ਨੂੰ ਲਾ ਕੇ ਉਹਨਾਂ ਤੋਂ ਬੱਸਾਂ ਖੋਹੀਆਂ, ਗਲਾਂ ਨੂੰ ਲਾ ਕੇ ਕਿਰਪਾਨਾਂ, ਸੰਦੀਪ ਟਰਾਂਸਪੋਰਟ, ਮਾਮੋ ਕੇ ਟਰਾਂਸਪੋਰਟ, ਜਾਓ ਪਤਾ ਕਰ ਲਓ, ਅੱਜ ਵੀ 40 ਬੱਸਾਂ ਦੇ ਦੇ ਹੋਏ, ਇੰਨੇ ਦੀਆਂ ਦੇ ਦੇ ਹੋਏ, ਨਹੀਂ ਦਿੰਦਾ, ਕੱਲ ਨੂੰ ਇੰਨੇ ਵੀ ਨਹੀਂ ਮਿਲਣੇ, ਦੇ ਦੀਆਂ ਬੱਸਾਂ ਇਹਨਾਂ ਦੀਆਂ। ਬਾਬਾ ਨਾਨਕ ਕਹਿੰਦਾ ਹੁੰਦਾ ਸੀ ਤੇਰਾ 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 ਤੇਰਾ, ਸੰਤ ਪੀਰ ਪੈਗੰਬਰ ਕਹਿੰਦੇ ਸੀ ਮੇਰਾ ਮਿਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ਤੇਰਾ ਤੇਰਾ। ਇਹ ਬਾਦਲ ਚੰਗੇ ਜੰਮੇ ਆ, ਕਹਿੰਦੇ ਆ ਮੇਰਾ 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 ਮੇਰਾ।
ਮੇਰਾ, ਬੱਸਾਂ ਮੇਰੀਆਂ, ਢਾਬੇ ਮੇਰੇ, ਹਾਂਜੀ ਟਰਾਂਸਪੋਰਟ ਮੇਰੀ। ਅੱਜ ਵੀ ਇਹਨਾਂ ਦੀਆਂ 800 ਬੱਸਾਂ ਚੱਲਦੀਆਂ ਤੇ ਪ੍ਰੋਗਰਾਮ ਬਣਾਉਂਦਾ ਲੱਖੀ। ਵਾਹ, ਕਿਹੋ ਜਿਹੇ ਕਿਹੋ ਜਿਹੇ ਇਹਨਾਂ ਦੇ ਯਾਰ ਨੇ, ਭੈਣੇ ਭੈਣੇ ਯਾਰ ਮੇਰੇ, ਰੱਖੀ, ਬੰਟੀ, ਟਿੰਟੀ, ਪਤਾ ਨਹੀਂ ਕਿਹੜੇ ਕਿਹੜੇ ਨੇ, ਕੌਣ ਕੌਣ ਨੇ, ਇਹੋ ਜਿਹੇ ਨੇ ਨਾ, ਰੋਜੀ, ਟੀਨੂ, ਬਰਕੰਡੀ, ਹਾਏ ਹੋਏ ਹਾਏ। ਚਲੋ ਬਾਦਲ ਸਾਹਿਬ ਦੇ ਨਾਲ, ਬ੍ਰਹਮਪੁਰਾ ਸਾਹਿਬ, ਡਾਕਟਰ ਰਤਨ ਸਿੰਘ ਜੀ ਨਾਲ, ਇਹੋ ਜਿਹੇ ਬੰਦੇ ਤੇ ਹੁੰਦੇ ਸੀ, ਟੌੜਾ ਸਾਹਿਬ ਵਰਗੇ ਬੰਦੇ ਤੇ ਹੁੰਦੇ ਸੀ। ਕੌਣ ਬੰਦੇ ਲਈ ਫਿਰਦੇ ਆ, ਇਹ ਵੇਚਣ ਲੱਗੇ ਆ, ਇਹ ਸਾਡਾ ਸੂਬਾ ਬਰਬਾਦ ਕਰਤਾ। ਇਹਨੂੰ ਪੁੱਛੋ ਕਿ ਤੂੰ 10 ਸਾਲਾਂ ਦਾ ਕਦੋਂ ਕਿਸਾਨਾਂ ਦੀ ਖੈਰ ਲਈ ਹੈ। ਇਹਨੂੰ ਪੁੱਛੋ ਕਿ 10 ਸਾਲਾਂ ਦੇ ਵਿੱਚ ਤੂੰ ਕਿਹੜੇ ਕਰਜ਼ੇ ਮਾਫ਼ ਕੀਤੇ, ਤੂੰ ਕਿਸਾਨਾਂ ਦੇ ਲਈ ਕੀ ਕੀਤਾ, ਸੰਕਟ ਚ ਸਰਕਾਰ ਤੇਰੀ, ਤੂੰ ਕੀਤਾ ਕੀ? ਇਹਨੇ ਕੱਖ ਨਹੀਂ ਕੀਤਾ। ਇੱਕ ਜੱਟ ਦੀ ਪੰਡ ਥੱਲੇ ਵੀਰੋ ਅੰਗਰੇਜ਼ ਦਾ ਕੁੱਤਾ ਆ ਗਿਆ। ਹਾਂਜੀ, ਜੱਟ ਦੀ ਪੰਡ ਥੱਲੇ ਅੰਗਰੇਜ਼ ਦਾ ਕੁੱਤਾ ਆ ਗਿਆ ਤੇ ਵਕੀਲ ਕਰਨਾ ਪੈ ਗਿਆ। ਜੱਟ ਦੀ ਜੇਬ 'ਚ 5 ਰੁਪਈਏ ਤੇ ਵਕੀਲ ਕਹਿੰਦਾ ਤੈਨੂੰ ਕੁੱਟਣਗੇ ਬਹੁਤ ਕਾਕਾ, ਜੇ ਜਗਾੜ ਲੜਾਇਆ ਮਾਰ ਦੇਣਗੇ। ਉਹ ਕਹਿੰਦਾ ਬਾਪੂ ਮੈਨੂੰ ਬਚਾ ਲੈ, ਪੈਸੇ ਕਿੰਨੇ ਲਏਗਾ? ਕਹਿੰਦਾ ਰੁਪਈਏ ਲਊਂਗਾ 100। ਜੱਟ ਦੀ ਜੇਬ 'ਚ 5, ਕਹਿੰਦਾ ਦਿੱਤੇ? ਕਹਿੰਦਾ ਠੀਕ ਹੈ, ਫਿਰ ਜਗਾੜ ਕੀ ਹੈ? ਕਹਿੰਦਾ ਤੂੰ ਪਾਗਲ ਬਣ ਜੀ, ਬੌਲਾ ਬਣ ਜੀ, ਘੜੀਂ ਕਰਦੀ ਭੜੀਂ ਕਰਦੀ, ਜੱਜ ਕੋਲ ਮੰਨੀ ਨਾ, ਐਂ ਬਣ ਜੀ ਜਿਵੇਂ ਪਾਗਲ ਹੁੰਦਾ। ਕਹਿੰਦਾ ਠੀਕ ਹੈ। ਜੱਜ ਖੜਾ ਹੋਇਆ, ਕਹਿੰਦਾ ਜੱਸ ਓਏ ਤੇਰੀ ਪੰਡ ਥੱਲੇ ਅੰਗਰੇਜ਼ ਦਾ ਕੁੱਤਾ ਆਇਆ। ਕਹਿੰਦਾ ਕਹਿੰਦਾ ਪਾਗਲ ਨਾ ਹੋਵੇ ਤਾਂ ਜੱਜ ਦੇ ਸਾਹਮਣੇ ਕੀ ਬੋਲਦਾ, ਦਿਮਾਗ ਖਰਾਬ ਹੋ ਗਿਆ ਤੇਰਾ। ਕਹਿੰਦਾ ਦੱਸ ਗਵਾਲੇ ਜੁਰਮ ਕਰਦਾ। ਕਹਿੰਦਾ ਕਹਿੰਦਾ ਪਾਗਲ ਨਾ ਹੋਵੇ ਤਾਂ ਬਾਹਰ ਕੱਢੋ ਇਹਨੂੰ। ਜਦੋਂ ਬਾਹਰ ਕੱਢਿਆ ਵਕੀਲ ਭੱਜਿਆ ਭੱਜਿਆ ਆਇਆ, ਕਹਿੰਦਾ ਕਿਉਂ ਕਿਵੇਂ ਸੀ ਜਗਾੜ, ਕਰਾਤਾ ਬਰੀ? ਕਹਿੰਦਾ ਉਹ ਕਹਿੰਦਾ ਪੱਟੂ ਮੇਰੇ 100 ਰੁਪਈਏ। ਕਹਿੰਦਾ ਠੋਕੋ ਠੋਕੋ ਤਾੜੀ ਠੋਕੋ ਜਰਾ। ਇਹਦਾ ਉਹੀ ਹਾਲ ਹੈ, ਇਹ ਹੁਰਾਲਾ ਹੀ ਹੈ। ਇਹਨੂੰ ਪੁੱਛ 11 ਸਾਲ ਚ ਕੀਤਾ ਕੀ ਹੈ ਤੂੰ? ਜੇ ਤੂੰ ਕੁਛ ਕੀਤਾ ਹੁੰਦਾ ਸੁਖਬੀਰ ਸਿੰਘ ਬਾਦਲਾ, ਜੇ ਤੂੰ ਕੀਤਾ ਹੁੰਦਾ ਫਖਰੇ ਕੌਮ, ਤੇ ਤੂੰ ਇੱਥੇ ਇਲੈਕਸ਼ਨ ਚ ਤੇ ਆਉਂਦਾ? ਤੂੰ ਤਾਂ ਗੁਰਦਾਸਪੁਰ ਨਹੀਂ ਆਇਆ ਤੇ ਗੁਰਦਾਸਪੁਰ ਇਹਨੇ ਆਪਣਾ ਸਾਲਾ ਜਰਨੈਲ ਬਣਾਇਆ, ਫਤਿਹਗੜ੍ਹ ਚੂੜੀਆਂ ਦਾ ਜਰਨੈਲ ਬਣਾਇਆ, ਡੇਰਾ ਬਾਬਾ ਨਾਨਕ ਦਾ ਜਰਨੈਲ ਬਣਾਇਆ, ਤੇ 40-40 ਹਜ਼ਾਰ ਵੋਟਾਂ ਤੇ ਹਾਰ ਕੇ ਜਿਵੇਂ ਬਿੱਲਾ ਛੱਪੜ ਚੋਂ ਨਹਾ ਕੇ ਨਿਕਲਿਆ ਹੁੰਦਾ ਉਦਾਂ ਚੁੱਕ ਲਿਆ। ਠੋਕੋ ਤਾੜੀ। ਤੇ ਅੱਜ ਬਿੱਲਾ ਖੰਗਾਰੇ ਮਾਰਦਾ, ਬਿੱਲਾ ਪੀ ਗਿਆ ਜੱਟ ਦਾ ਦੁੱਧ ਤੇ ਪਲਾਕੀ ਮਾਰ ਕੇ ਬਹਿ ਗਿਆ ਕੰਧ ਤੇ, ਮਿੱਠੀ ਮਿੱਠੀ ਧੁੱਪ ਸੇਕ ਕੇ ਜਨਵਰੀ ਦੀ। ਜੱਟ ਆਇਆ, ਦੇਖਿਆ ਬਾਟਾ ਹੀ ਮਾਂਜਦਾ। ਜੱਟ ਨੇ ਚੱਕਿਆ ਟਾਕੂ, ਮਾਰਿਆ ਘੁਮਾ ਕੇ ਬਿੱਲੇ ਦੇ, ਥਾੜ ਦੇਣੇ ਪੂਛ ਤੇ ਵਜਿਆ, ਪੂਛ ਥੱਲੇ ਰਹਿ ਗਈ, ਬਿੱਲੇ ਟਪੂਸੀ ਮਾਰੀ, ਠਾਂ ਹੋ ਗਿਆ। ਤੇ ਕੋਈ ਪ੍ਰਗਟ ਸਿੰਘ ਵਰਗਾ, ਕੋਟਲੀ ਸਾਹਿਬ ਵਰਗਾ ਸਿਆਣਾ ਜਾਂਦਾ, ਕਹਿੰਦਾ ਜੱਟਾ ਦੁੱਧ ਤਾਂ ਪੀ ਗਿਆ ਸੀ, ਬਾਟਾ ਤੇ ਮਾਂਜਤਾ ਸੀ, ਹੁਣ ਕੱਲ੍ਹ ਹੀ ਮਾਰਿਆ। ਕਹਿੰਦਾ ਦੁੱਧ ਪੀਤੇ ਤਾਂ ਮੈਨੂੰ ਕੋਈ ਅਫਸੋਸ ਨਹੀਂ, ਜਿਹੜਾ ਮੁੱਛਾਂ ਨੂੰ ਤਾਹ ਪਈ ਜਾਂਦਾ ਸੀ ਮੈਥੋਂ ਝਰੇ ਨਹੀਂ ਗਿਆ। ਚੋਰੀਆਂ ਕਰ ਗਏ, ਲੁੱਟਾਂ ਪਾ ਗਏ, ਕੁੱਟ ਕੇ ਤੁਰ ਗਏ, ਅੱਜ ਖੰਗਾਰੇ ਮਾਰਦੇ ਆ। ਮਿਊਂਸਪੈਲਿਟੀ ਦੇ ਸਾਂਡ ਵਾਂਗੂ ਫੁੰਕਾਰੇ ਮਾਰਦਾ ਫਿਰਦਾ ਹੈ। ਇਹਦੇ ਗੋਡੇ ਪੰਨੋ ਗੋਡੇ ਲੰਘ ਤੇ ਮਾਰੇ। ਸੁਣੋ ਬਿਕਰਮ ਮਜੀਠੀਆ, ਸੁਣ ਲੈ, ਜਾਂ ਟਾਂਡੀਆਂ ਵਾਲੀ ਹੈ ਨੀ ਤੇ ਜਾਂ ਭਾਂਡਿਆਂ ਵਾਲੀ ਹੈ ਨੀ। ਇੱਕ ਘੁਮਿਆਰ ਗਿਆ ਆਪਣੀਆਂ ਕੁੜੀਆਂ ਨੂੰ ਮਿਲਣ, ਕੁੜੀਆਂ ਦੀ ਖੈਰ ਪੁੱਛਣੀ ਸੀ। ਕਹਿੰਦਾ ਬੀਬਾ ਕਿਵੇਂ ਆ? ਕਹਿੰਦੀ ਬਾਪੂ ਟਾਂਡੀਆਂ ਬੀਜੀਆਂ ਨੇ, ਜੇ ਬਾਰਿਸ਼ ਹੋ ਜੂ ਤੇ ਮੱਕੀ ਹੋ ਜੂ ਤੇ ਬਚ ਰਹਾਂਗੇ। ਦੂਈ ਕੋਲ ਗਿਆ, ਕਹਿੰਦੀ ਪੁੱਤ ਕਿਵੇਂ ਆ? ਕਹਿੰਦੀ ਬਾਪੂ ਗਿੱਲੇ ਭਾਂਡੇ ਆ,
ਮਿੱਟੀ ਦੇ, ਕਹਿੰਦੀ ਬਾਹਰ ਰੱਖੇ ਆ ਸੁੱਕ ਜਾਣਗੇ, ਜੇ ਬਾਰਿਸ਼ ਨਾ ਹੋਊ ਤਾਂ ਬਚ ਜਾਂਗੇ। ਕਹਿੰਦਾ ਇੱਕ ਦੇ ਕਹਿੰਦੀ ਬਾਰਿਸ਼ ਹੋ ਜੂ ਤਾਂ ਬਚਾਂਗੇ, ਦੂਜੀ ਕਹਿੰਦੀ ਆ ਬਾਰਿਸ਼ ਨਾ ਹੋ ਤਾਂ ਬਚਾਂਗੇ। ਵਾਪਸ ਚਲਿਆ ਗਿਆ ਘਰ ਵਾਲੀ ਦੇ ਕੋਲ, ਮੂੰਹ ਸੱਟ ਕੇ ਬੈਠਾ। ਉਹ ਕਹਿੰਦੀ ਕੀ ਹੋ ਗਿਆ ਕੁੜੀਆਂ ਨੂੰ ਮਿਲ ਕੇ ਐ ਮੂੰਹ ਥੱਲੇ ਜੇ ਕਰੀ ਪਿਆ, ਕੀ ਹੋਇਆ? ਕਹਿੰਦਾ ਭਾਗਵਾਨ ਨੇ ਕੀ ਦੱਸਾਂ, ਜਾਂ ਟਾਂਡੀਆਂ ਵਾਲੀ ਹੈ ਨਹੀਂ ਜਾਂ ਭਾਂਡਿਆਂ ਵਾਲੀ ਹੈ। ਠੋਕਰੋ ਠੋਕਰੋ ਤਾੜੀ ਠੋਕ ਲਓ। ਸੁਣੋ ਬਿਕਰਮ ਮਜੀਠੀਆ, ਜੇ ਸਿੱਧੂ ਜਿਉਂਦਾ ਤਾਂ ਤੂੰ ਹੈ ਨਹੀਂ, ਤਾਂ ਨਹੀਂ ਤਾਂ ਮੈਂ ਹੈ ਨਹੀਂ। ਪੱਜ ਮਜੀਠੀਆ ਪੱਜ ਓਏ, ਕਿ ਐਸ ਟੀ ਐਫ ਦੀ ਰਿਪੋਰਟ ਆਉਂਦੀ ਹੈ ਤੇਰੇ ਥੱਲੇ ਆਤਿਸ਼ਬਾਜ਼ੀ ਲਾਉਂਦੀ ਹੈ। ਠੋਕੋ ਟਕਾ ਕੇ ਠੋਕੋ, ਪੱਜ ਪੱਜ ਚੋਰ ਦਿਆ, ਡਾਇਰ ਨੂੰ ਰੋਟੀ ਖਵਾਉਣ ਵਾਲਿਆ, ਪੱਜ ਪੱਜ ਕਿੱਥੇ ਪੱਜ ਦੇ। ਅੱਖ ਲੋ ਤਾਂ ਸੱਚ ਤੇ ਹੱਕ ਦੇ ਲਈ ਸਭ ਕੁਛ ਕੁਰਬਾਨ ਕਰਨ ਦੇ ਲਈ। ਇਹ ਸਿੱਧੂਆਂ ਤੋਂ ਬੜਾ ਡਰਦਾ, ਹਰਪ੍ਰੀਤ ਸਿੱਧੂ ਤੋਂ ਡਰਦਾ। ਆਹ ਤੁਹਾਡੇ ਕੋਲ ਸਰ ਸਿੱਧੂ ਖੜਾ, ਬਾਕੀ ਕੈਪਟਨ ਸਾਹਿਬ ਵੀ ਸਿੱਧੂ ਨੇ, ਉਹ ਤੋਂ ਵੀ ਬਹੁਤ ਡਰਦਾ। ਠੋਕੋ ਠੋਕੋ ਤਾੜੀ ਠੋਕ ਦਿਓ। ਅਸੀਂ ਤੇ ਸੰਘਰਸ਼ ਕਹਿਣਾ ਬਣਾਇਆ, ਅਸੀਂ ਤੇ ਤੇਰੇ ਵੱਟ ਦਿਆਂਗੇ ਕੱਢ। ਔਰ ਤੈਨੂੰ ਅੱਜ ਕਹਿ ਕੇ ਚੱਲਿਆ, ਮਾਈਨਿੰਗ ਦੀ ਪਾਲਿਸੀ ਬਣੂਗੀ, ਮਾਈਨਿੰਗ ਦੀ ਪਾਲਿਸੀ ਬਣੂਗੀ, ਔਰ ਜੱਟਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ 800 ਰੁਪਈਏ ਤੋਂ 1000 ਰੁਪਈਏ ਤੱਕ ਟਰਾਲੀ ਮਿਲੂਗੀ, ਟਰਾਲੀ ਮਿਲੂਗੀ। ਇਹ ਸਾਡਾ ਵਿਰਸਾ ਹੈ। ਹਰਿਆਣਾ 1000 ਕਰੋੜ ਰੁਪਈਏ ਕਮਾਉਂਦਾ, ਤੇਲੰਗਾਨਾ ਇੱਕ ਦਰਿਆ ਤੋਂ 1400 ਕਰੋੜ ਰੁਪਈਏ ਕਮਾਉਂਦਾ, ਤੇ ਅਸੀਂ ਪੰਜ ਦਰਿਆਵਾਂ ਵਾਲਾ ਪੰਜਾਬ, ਅਸੀਂ 40 ਕਰੋੜ ਰੁਪਈਏ। ਸਭ ਮਜੀਠੀਆ ਟੱਪਦਾ। ਐਸ ਟੀ ਐਫ ਦੀ ਰਿਪੋਰਟ 'ਚ ਲਿਖਿਆ ਵੀ ਇਹਦੀ ਜਿਹੜੀ ਮਾਈਨਿੰਗ ਦੀ ਉਹ ਹੈ, ਇਹਦੀ ਵੀ ਤਹਿਕੀਕਾਤ ਕਰਨੀ ਚਾਹੀਦੀ ਹੈ। ਐਸ ਟੀ ਐਫ ਦੀ ਰਿਪੋਰਟ 'ਚ ਲਿਖਿਆ ਇਹਨੇ ਫੈਕਟਰੀਆਂ ਖਲਾਈਆਂ ਚਿੱਟਾ ਬਣਾਉਣ ਵਾਲੀਆਂ, ਤੇ ਇਹਨੇ ਬਾਹਰ ਭੇਜਿਆ ਉਹ ਚਿੱਟਾ। ਐਸ ਟੀ ਐਫ ਦੀ ਰਿਪੋਰਟ 'ਚ ਲਿਖਿਆ ਤਸਕਰਾਂ ਦੇ ਨਾਲ ਰਾਤਾਂ ਗੁਜ਼ਾਰਦਾ ਸੀ। ਮੇਰੀ ਘਰ ਵਾਲੀ ਦੇ ਇਹਨੂੰ ਇਤਰਾਜ਼, ਆਪ ਤਸਕਰਾਂ ਨਾਲ ਸੌਂਦਾ ਸੀ। ਇਹਦਾ ਹਾਲ ਦੇਖੋ ਕੀ ਸੀ। ਚਿੱਟੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਇਹ ਨਸ਼ੇ ਵੇਚਦਾ ਸੀ। 38 ਲੱਖ ਰੁਪਈਆ ਇਹਨੂੰ ਚਾਲ ਨੇ ਆਪਣੇ ਅਕਾਊਂਟਾਂ ਦੇ ਵਿੱਚੋਂ ਟ੍ਰਾਂਸਫਰ ਕਰਕੇ ਦਿੱਤਾ ਵੀਰੋ। ਉਹਨਾਂ ਮਾਵਾਂ ਦਾ ਸੋਚੋ ਜਿਨ੍ਹਾਂ ਦੇ ਪੁੱਤਾਂ ਦੇ ਸਿਵਿਆਂ ਦੀ ਅੱਗ ਉਹਨਾਂ ਦੇ ਕਾਲਜਿਆਂ ਨੂੰ ਅੱਜ ਵੀ ਫੂਕਦੀ ਹੈ। ਠੰਡ ਉਦਣ ਪਊ ਜਿੱਦਣ ਇਹਦੇ ਪਟੇ ਵੱਜਣਗੇ, ਠੰਡ ਉਦਣ ਪਊ ਜਿੱਦਣ ਇਹਨੂੰ ਬੂਧਾ ਕਰਕੇ ਥਾਂ ਥਾਂ ਹੋਊ ਤੇ ਰੇਤਾ ਬਦਲੀ ਤਰ 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 ਉਦਣ ਪਊ ਠੰਡ। ਤੇ ਵੀਰੋ ਇਹਨਾਂ ਦਾ ਕੋਈ ਹਾਲ ਨਹੀਂ, 4 ਇਲੈਕਸ਼ਨ ਹਰਲੇ ਇਹਨਾਂ ਨੇ, 4 ਇਲੈਕਸ਼ਨ ਹਰਲੇ, 76 ਸੀਟਾਂ ਤੇ ਪਹਿਲਾਂ ਹਾਰੇ, ਗੁਰਦਾਸਪੁਰ 2 ਲੱਖ ਵੋਟਾਂ ਤੇ ਹਾਰੇ, ਫਿਰ 3 ਸ਼ਹਿਰਾਂ ਦੇ ਉੱਤੇ, ਚਾਹੇ ਪਟਿਆਲਾ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਲੁਧਿਆਣੇ ਤੋਂ ਪਹਿਲਾਂ ਜਲੰਧਰ, ਉਦੋਂ ਬਾਅਦ ਫਿਰ ਲੁਧਿਆਣੇ ਵਾਲਾ ਇਲੈਕਸ਼ਨ ਹਾਰੇ, 4 ਇਲੈਕਸ਼ਨ ਹਾਰ ਗਏ। ਤੇ ਕਾਂਗਰਸ ਦੇ ਉਹ ਵਰਕਰੋ, ਸ਼ਤਰੂ ਦਾ ਸਮੂਹ ਨਾਸ਼ ਕਰੇ ਬਿਨਾਂ ਪ੍ਰਤਿਸ਼ਠਾ ਦੀ ਪ੍ਰਾਪਤੀ ਨਹੀਂ ਮਿਲਦੀ। ਇਹ ਹੁਣ ਤੁਹਾਡੇ ਉੱਤੇ ਹੈ, ਇਹ ਤੁਹਾਡੇ ਤੇ ਹੈ ਵੀਰੋ, ਕਿ ਵੋਟ ਦੇ ਨਾਲ ਚੋਟ ਕਰੋ। ਇਹ ਲਾਈਵ ਬੁਲਟ ਦੀ ਨਹੀਂ, ਬੈਲਟ ਦੀ ਹੈ, ਮਸ਼ੀਨ ਦੀਆਂ ਚੀਂ ਚੀਂ ਕਰਾ ਦੇਣਾ, ਚੀਕਾਂ ਕਢਾ ਦੇਣਾ। ਲੇਕਿਨ ਇਹਨਾਂ ਲੋਕਾਂ ਨੂੰ, ਮੈਂ ਜਦੋਂ ਜਵਾਨ ਹੁੰਦਾ ਛਿੱਕਾ ਮਾਰਦਾ, ਹੁਣ ਵੀ ਜਵਾਨ ਹੀ ਹਾਂ, ਮੈਂ ਜਦੋਂ ਜਵਾਨ ਹੁੰਦਾ ਛਿੱਕਾ ਮਾਰਦਾ ਬਾਲ ਬਾਉਂਡਰੀ ਪਾਰ, ਤੇ ਤੁਸੀਂ ਐਸਾ ਛਿੱਕਾ ਮਾਰੋ ਕਿ ਦੋਨੇ ਜੀਜਾ ਸਾਲਾ ਪੰਜਾਬ ਦੀ ਬਾਉਂਡਰੀਓ ਪਾਰ ਮਾਰੋ, ਪਾਰ ਮਾਰੋ। ਬਾਬੇ ਨਾਨਕ ਵਾਲੀ ਤਕੜੀ ਤੋੜਨੀ ਪੈਣੀ, ਪੰਜਾਬ ਵੱਲ ਖੜ ਕੇ ਵੋਟ ਪਾਉਣੀ ਪੈਣੀ। ਇਹਨਾਂ ਦੇ ਪੱਲੇ ਹੀ ਕੁੱਖ ਨਹੀਂ, ਕੱਖ ਨਹੀਂ ਇਹਨਾਂ ਦੇ ਪੱਲੇ, ਇਹਨਾਂ ਕੋਲ ਹਰਾਮ ਦੇ ਪੈਸੇ ਹੈ,
ਇਹਦੇ ਗਰੀਬ ਗੁਰਬਿਆਂ ਦੇ ਕੋਲ ਗੁੱਗਿਆਂ ਵਾਂਗ ਨਿਕਲਦੇ, ਗੁੱਗੇ ਦੇਖੇ ਨਾ ਮੋਟੇ ਮੋਟੇ ਸੱਪ ਹੁੰਦੇ ਨੇ, ਐਂ ਕਰ ਗੁੱਗਾ, ਔਰ ਤੀਵੀਆਂ ਪੂਜਦੀਆਂ ਉੱਤੇ ਐਂ ਦੁੱਧ ਰੱਖ ਦਿੰਦੀਆਂ ਨੇ, ਗੁੱਗਾ ਰਾਤ ਨੂੰ ਨਿਕਲਦਾ ਕਰ ਕਰ ਐਂ ਸੜਾਕਾ ਮਰਿਆ, ਦੁੱਧ ਅੰਦਰ ਤੇ ਗੁੱਗਾ ਵੀ ਅੰਦਰ। ਇਹ ਗੁੱਗੇ ਨੇ ਰਾਤਾਂ ਨੂੰ ਨਿਕਲਣਗੇ ਤੇ ਰਾਤਾਂ ਨੂੰ ਨਿਕਲ ਕੇ 2-2 ਹਜ਼ਾਰ ਰੁਪਈਏ ਵੰਡਣਗੇ, ਸ਼ਰਾਬ ਦੀਆਂ ਬੋਤਲਾਂ ਵੰਡਣਗੇ, ਆ ਕੇ ਤੁਹਾਡਾ ਮਾਨ ਖਰੀਦਣਗੇ। ਸ਼੍ਰੀ ਭਗਤ ਸਿੰਘ ਨੇ ਦਿੱਤਾ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ, ਆਪਣਾ ਖੂਨ ਡੋਲ ਕੇ ਉਹਨੇ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਦੇਖਿਓ ਕਦੇ ਆਪਣਾ ਇਮਾਨ ਨਾ ਵੇਚੋ, ਜਦੋਂ ਨਿਕਲ ਰਾਤਾਂ ਦੇ ਹਨੇਰਿਆਂ ਨੂੰ ਬੱਬੂ ਮਾਨ ਵਾਲਾ ਗਾਣਾ ਲਾ ਲਿਓ, ਉਹ ਰਾਤੀ ਮਿਲਣ ਨਾ ਹੀ ਉਹ ਪਿੰਡ ਪੈਰਾ ਲੱਗਦਾ, ਠੋਕੋ ਠੋਕੋ ਟਕਾ ਕੇ ਠੋਕੋ ਖਾ। ਵੀਰੋ ਮੈਂ ਤੁਹਾਨੂੰ ਇਹ ਵਚਨ ਦਿੰਦਾ, ਮੈਂ ਤੁਹਾਨੂੰ ਇਹ ਵਚਨ ਦਿੰਦਾ, ਮੈਨੂੰ ਆਪਣੇ ਭਰਾ ਤੇ ਬਹੁਤ ਭਰੋਸਾ ਆ ਬਈ ਮਿੱਤਰਾ, ਇਹ ਤਾਂ ਝੋਲੀ ਅੱਡ ਕੇ ਮੰਗਦਾ। ਤੇ ਮੈਂ ਤੁਹਾਨੂੰ ਕਹਿੰਦਾ ਜੋ ਮੈਂ ਅੰਮ੍ਰਿਤਸਰ ਜਾ ਕੇ ਕਿਹਾ ਸੀ ਕਿ ਤਿਲਕੇ ਨਾਲੋਂ ਹਲਕੀ ਰੂਈ, ਰੂਈ ਨਾਲੋਂ ਹਲਕਾ ਮੰਗਣ ਵਾਲਾ ਆਦਮੀ, ਬਿਨ ਮੰਗੇ ਮੋਤੀ ਮਿਲਦੇ ਆ, ਮੰਗ ਕੇ ਭੀਖ ਨਹੀਂ ਮਿਲਦੀ। ਮੈਂ ਗੁਰੂ ਦੇ ਦਰ ਤੇ ਜਦੋਂ ਝੁਕਦਾ ਤੇ ਮੈਂ ਕਹਿੰਦਾ ਗੁਰੂ ਸਾਹਿਬ ਮੈਨੂੰ ਮੰਗਣਾ ਨਹੀਂ ਆਉਂਦਾ, ਤੂੰ ਮੈਨੂੰ ਆਪਣਾ ਬਣਾ ਲੈ, ਤੂੰ ਮੈਨੂੰ ਆਪਣਾ ਬਣਾ ਲੈ। ਕੌਣ ਕਹਿੰਦਾ ਉਹ ਪਰਮਾਤਮਾ ਕਿਸੇ ਮੰਦਰ ਮਸੀਤ ਗੁਰਦੁਆਰੇ 'ਚ ਬੈਠਾ? ਪਰਮਾਤਮਾ ਜਿਵੇਂ ਤਿਲਾਂ 'ਚ ਤੇਲ ਹੈ, ਸਾਗਰ 'ਚ ਲਹਿਰਾਂ, ਫੁੱਲਾਂ 'ਚ ਖੁਸ਼ਬੂ ਹੈ, ਗੰਨੇ 'ਚ ਗੁੜ ਹੈ, ਦੁੱਧ 'ਚ ਮੱਖਣ ਹੈ, ਉਸੇ ਤਰ੍ਹਾਂ ਪਰਮਾਤਮਾ ਹਰੀ ਨਾਰਾਇਣ ਅੱਲਾ ਵਾਹਿਗੁਰੂ ਬਣ ਕੇ ਤੁਹਾਡੇ ਦਿਲਾਂ ਦੇ ਵਿੱਚ, ਤੁਹਾਡੇ ਅੰਦਰ ਛੁਪਿਆ ਹੈ। ਤੁਹਾਡੀ ਸੇਵਾ ਪਰਮਾਤਮਾ ਦੀ ਸੇਵਾ ਹੈ। ਮੈਂ ਤੁਹਾਨੂੰ ਕਹਿੰਦਾ ਔਰ ਤੁਹਾਨੂੰ ਵਚਨ ਦਿੰਦਾ ਕਿ ਮੇਰੇ ਭਰਾ ਨੂੰ MLA ਬਣਾ ਦਿਓ, 2 ਸਾਲਾਂ ਦੇ ਵਿੱਚ ਜੇ 20 ਸਾਲਾਂ ਦਾ ਵਿਕਾਸ ਨਾ ਹੋਇਆ ਤਾਂ ਸਿੱਧੂ ਨਾਂ ਨਾ ਰੱਖਿਓ ਮੇਰਾ ਨੱਬੇ 'ਚ, ਮੈਂ ਉਹ ਹਰ 6 ਮਹੀਨੇ ਲਾ ਦਿਓ ਸ਼ਿਕਾ ਤੇ ਇਸੇ ਥਾਂ ਦੇ ਉੱਤੇ ਸਿੱਧੂ ਤੁਹਾਡਾ ਧੰਨਵਾਦ ਕਰਨ ਜ਼ਰੂਰ ਆਊ। ਲਿਖ ਲਓ ਏਹਸਾਨ ਫਰਾਮੋਸ਼ ਨਹੀਂ, ਇਹਨਾਂ ਬਾਦਲਾਂ ਵਾਂਗ ਫਕਰੇ ਕੌਮ ਦੇ ਫੁਕਰੇ ਭਾਰਤ ਰਤਨ ਦੇ ਦਿਓ, ਲੁੱਟ ਖੋਹਣ ਦੇ ਦਿਓ, ਕਾਦਲ ਹੀ ਦੇ ਦਿਓ, ਮੈਂ ਰੈਜੀਗਨੇਸ਼ਨ ਦੇ ਦਿਓ। ਲੈ ਹਾਏ ਹਾਏ ਰੈਜੀਗਨੇਸ਼ਨ, ਪਹਿਲਾਂ 1.5 ਸਾਲ ਸੁਝਿਆ ਨਹੀਂ ਰੈਜੀਗਨੇਸ਼ਨ, ਤੁਹਾਡੀ ਪਾਰਟੀ ਤੁਹਾਡਾ ਅਲਾਇੰਸ ਪਾਰਟਨਰ ਤੁਹਾਨੂੰ ਮੂੰਹ ਨਹੀਂ ਲਾਉਂਦਾ। ਉਹ ਜਦੋਂ ਟਰੂਡੋ ਆਇਆ ਜਾਣਾ ਤੁਹਾਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ, ਉਹ ਸਿੱਧੂ ਮੁੱਛਾਂ ਖੜੀਆਂ ਕਰਕੇ, ਵਿਆਹ ਤੋਂ ਬਾਅਦ ਵੀ ਮੁੱਛਾਂ ਖੜੀਆਂ ਕਰਕੇ ਟਰੂਡੋ ਦੇ ਨਾਲ ਤੁਹਾਡੇ, ਤੁਹਾਨੂੰ ਤਾਂ ਮੂੰਹ ਉਦੋਂ ਵੀ ਨਹੀਂ ਲਾਇਆ। ਠੋਕੋ, ਮੈਂ ਕੋਈ ਝੂਠ ਬੋਲਦਾ? ਤੁਹਾਨੂੰ ਤਾਂ ਪੁੱਛਣਾ ਨਹੀਂ, ਤੁਸੀਂ ਫੇਰ ਲੂਰ ਲੂਰ ਕਰਦੇ ਮਗਰ ਫਿਰੀ ਜਾਂਦੇ। ਉਹ ਜਾਣਦੇ ਆ, ਉਹ ਜਾਣਦੇ ਆ ਕਿ ਜਦੋਂ ਹਰਿਆਣੇ ਦਾ ਇਲੈਕਸ਼ਨ ਆਉ ਤੁਸੀਂ ਚੁਟਾਲਿਆਂ ਨਾਲ ਖੜੋਗੇ। ਹੈ ਪੱਪੀ ਜੱਫੀ ਉੱਥੇ ਕੁਸ਼ਤੀ ਕਬੱਡੀ, ਯਾਦ ਆ ਮੇਰੀ ਸਪੀਚ? ਹੈ ਇਹਨਾਂ ਦਾ ਉਹ ਹਾਲ ਹੈ। ਕੋੜ ਚੱਲਾ ਇੰਨੀ ਤੇਜ਼ ਰੰਗ ਨਹੀਂ ਬਦਲਦਾ ਜਿੰਨਾ ਇਹ ਰੰਗ ਬਦਲਦੇ ਆ। ਜਿੱਥੇ ਮਰਜ਼ੀ ਸੁਖਬੀਰ ਬਾਦਲਾ, ਸਾਰਾ ਖਾਨਦਾਨ ਆ ਜਾਓ ਬਾਦਲ ਪਿੰਡ, ਮੈਂ ਕੁਰਸੀ ਲਾਊ, ਤਿਆਗ ਕਰ ਬਹਿਸ ਪੰਜਾਬ ਦੇ ਉੱਤੇ। ਜੇ ਤੂੰ ਜਿੱਤਿਆ, ਜੇ ਤੂੰ ਜਿੱਤਿਆ ਤੇ ਤੈਨੂੰ ਮੰਨੂ, ਤੇ ਜੇ ਮੈਂ ਜਿੱਤਿਆ ਤੇ ਰਾਜਨੀਤੀ ਤੂੰ ਛੱਡੀ, ਨਹੀਂ ਤੇ ਮੈਂ ਛੱਡੀ। ਇੱਥੇ ਤੈਨੂੰ ਖੁੱਲੀ ਚੁਣੌਤੀ ਦੇਣਾ, ਲਿਆ ਆ ਜੇ ਦਮ ਹੈ ਤੇਰੇ। ਹਾਂ ਵੀਰੋ, ਕਾਂਗਰਸ ਜਿੱਤੂਗੀ ਤੇ ਸਾਰੇ ਜਿੱਤਾਂਗੇ, ਕਾਂਗਰਸ ਹਾਰੀ ਤੇ ਸਾਰੇ ਹਾਰਾਂਗੇ। ਯਾਦ ਰੱਖਣਾ, ਛੋਟੇ ਛੋਟੇ ਤਿਨਕੇ ਇਕੱਠੇ ਹੋ ਜਾਣ ਛੱਪੜ ਬਣ ਕੇ, ਮੂਸਲਾਧਾਰ ਬਾਰਿਸ਼ ਰੋਕ ਲੈਂਦੇ ਆ। ਛੋਟੀਆਂ ਛੋਟੀਆਂ ਘਾਹ ਦੀਆਂ ਪੱਤੀਆਂ ਵੱਟ ਲਓ ਤੇ ਮਤਵਾਲਾ ਹੱਥੀ ਬੰਨ ਲਓ, ਚਿੜੀਆਂ ਇਕੱਠੀਆਂ ਹੋ ਜਾਣ ਤੇ ਸ਼ੇਰ ਦੀ ਖੱਲ ਖਿੱਚ ਲੈਂਦੀਆਂ ਨੇ। ਤੁਸੀਂ ਤੇ ਬੱਬਰ ਸ਼ੇਰ ਹੋ, 100 ਭੇਡਾਂ ਦੇ ਮੂਹਰੇ ਇੱਕ ਸ਼ੇਰ ਲਾਓ ਤੇ ਭੇਡਾਂ ਸ਼ੇਰ ਹੋ ਜਾਂਦੀਆਂ, ਤੇ 100 ਸ਼ੇਰਾਂ ਮੂਹਰੇ ਇੱਕ ਭੇਡ ਲਾ ਦਿਓ ਤੇ ਸ਼ੇਰ ਢੇਰ ਹੋ ਜਾਂਦੀ ਹੈ। ਸ਼ੇਰਾਂ ਮੂਹਰੇ ਬੱਬਰ ਸ਼ੇਰ ਹੋ, ਇਕੱਠੇ ਹੋ ਜਾਓ, ਇਕੱਠੇ ਹੋ ਕੇ ਲੜੋ। ਸੰਗਠਿਤ ਹੋਈ ਸ਼ਕਤੀ ਜਿੱਤ ਦਾ ਕਾਰਨ ਬਣੂ, ਵਿਭਾਜਿਤ ਹੋਈ ਸ਼ਕਤੀ ਪਤਨ ਦਾ ਕਾਰਨ ਬਣੂ। ਜਿੱਤੋ ਔਰ ਇਹਨਾਂ ਦੇ ਮੂੰਹ ਤੇ ਚਪੇੜ ਮਾਰੋ, ਕਾਂਗਰਸ ਦੇ ਹੱਥ ਦੀ ਚਪੇੜ,
ਜਦੋਂ ਗੂੰਜੂਗੀ ਤਾਂ ਸਾਰੇ ਦੇਸ਼ ਦੇ ਵਿੱਚ ਸ਼ੰਖਨਾਦ ਹੋਊ। ਇੱਥੋਂ ਹੀ ਸਾਰੇ ਭਾਰ ਬੰਨਣੇ ਆ, ਔਰ ਇੱਥੋਂ ਹੀ ਲਾਡੀ ਸ਼ੇਰਵਾਲੀ ਐਮ ਐਲ ਏ ਬਣੂਗਾ ਤੇ ਪੰਜਵੀਂ ਜਿੱਤ ਪਾ ਕੇ ਕੈਪਟਨ ਅਮਰਿੰਦਰ ਸਿੰਘ ਇਤਿਹਾਸ ਰਚੂਗਾ। ਹੈ ਸਮੇਂ ਨਦੀ ਕੀ ਬਾੜ ਕੇ ਅਕਸਰ ਸਭ ਬਹਿ ਜਾਇਆ ਕਰਤੇ ਹੈ, ਹਰ ਸਮੇਂ ਬੜਾ ਤੂਫਾਨ ਪ੍ਰਬਲ ਪਰਬਤ ਵੀ ਝੁਕ ਜਾਇਆ ਕਰਤੇ ਹੈ, ਅਕਸਰ ਦੁਨੀਆ ਕੇ ਲੋਕ ਸਮੇਂ ਮੇਂ ਚੱਕਰ ਖਾਇਆ ਕਰਤੇ ਹੈ, ਪਰ ਕੁਛ ਕੈਪਟਨ ਅਮਰਿੰਦਰ ਸਿੰਘ ਜੈਸੇ ਹੋਤੇ ਹੈ ਜੋ ਇਤਿਹਾਸ ਬਣਾਇਆ ਕਰਤੇ ਹੈ, ਜੋ ਇਤਿਹਾਸ ਇਲੈਕਸ਼ਨ ਖਾਸ ਹੈ, ਇਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੈ, ਔਰ ਇਹ ਜਿਉਂਦਾ ਜਾਗਦਾ ਇਤਿਹਾਸ ਹੈ। ਇਹਨੂੰ ਇਤਿਹਾਸਿਕ ਲੜਾਈ ਲੜਨੀ ਆਪਾਂ, ਇਹਨਾਂ ਝੂਠਿਆਂ ਦੀਆਂ ਗੱਲਾਂ 'ਚ ਨਹੀਂ ਆਉਣਾ ਆਪਾਂ। ਤੁਸੀਂ ਸਾਰੇ ਜਾਣਦੇ ਹੋ ਕਿ ਨਸ਼ਾ ਕਿਹਨੇ ਵੇਚਿਆ ਇੱਥੇ, ਤੁਸੀਂ ਸਾਰੇ ਜਾਣਦੇ ਹੋ ਕਿ 20 ਸਾਲਾਂ ਦੇ ਵਿੱਚ ਕੀ ਹੋਇਆ ਇੱਥੇ, ਤੁਸੀਂ ਸਾਰੇ ਜਾਣਦੇ ਹੋ ਕਿ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ, ਤੇ ਅੱਜ ਰਾਜਾ ਭੋਜ ਤੁਹਾਡੇ ਸਾਹਮਣੇ ਖੜਾ। ਮਿੱਤਰੋ, ਅੱਜ ਫਰਕ ਸਮਝੋ ਸੱਚ ਤੇ ਝੂਠ ਦਾ। ਇਹਨਾਂ ਸ਼ਬਦਾਂ ਦੇ ਨਾਲ ਦੋਨੇ ਹੱਥ ਖੜੇ ਕਰਕੇ ਜਿਹੜਾ ਨਾਰਾ ਲਾਓ ਗੁਰੂ ਵਾਲਾ ਟਿਕਾ ਕੇ, ਇੱਕ ਗੱਲ ਹੋਰ ਕਹਿਣੀ ਹੈ ਮੈਂ, ਇੱਕ ਗੱਲ ਹੋਰ ਕਹਿਣੀ ਹੈ। ਦੇਖੋ ਜਿੰਨੇ ਆਲਤੂ ਫਾਲਤੂ ਚੱਲੇ ਕਾਰਤੂਸ ਹੈ ਉਹ ਸਾਰੇ ਅਕਾਲੀ ਦਲ ਨੂੰ ਭੱਜੀ ਜਾਂਦੇ ਆ, ਜਿਹਨਾਂ ਦੇ ਪੱਲੇ ਕੱਖ ਨਹੀਂ, ਪੱਲੇ ਫੁੱਟੀ ਕੌੜੀ ਨਹੀਂ ਨਾਮ ਕਰੋੜੀ ਮੱਲ, ਤੁਰਨ ਦੀ ਤਾਕਤ ਨਹੀਂ ਨਾਮ ਮਜ਼ਬੂਤ ਖਾਂ, ਸਭ ਚੱਲੇ ਕਾਰਤੂਸ ਨੇ, ਸਭ ਚੱਲੇ ਕਾਰਤੂਸ ਨੇ। ਜਿਹਨਾਂ ਨੂੰ ਕੁਛ ਨਹੀਂ ਲੱਭਦਾ ਉਹਨਾਂ ਨੂੰ ਚਾਰ ਪੈਸੇ ਲੱਭ ਜਾਂਦੇ, ਉੱਥੇ ਨਾਲ ਖੜ ਕੇ ਸੁੱਖਾ ਕੱਪੀ ਹੈ, ਜਿਵੇਂ ਹੇਮਾ ਮਲ ਨਹੀਂ ਖੜੀ ਹੁੰਦੀ, ਫੋਟੋ ਖਿਚਾਉਂਦਾ ਫੋਟੋ ਖਿਚਾਉਂਦਾ, ਤੂੰ ਇਲੈਕਸ਼ਨ ਕੀ ਜਿੱਤੇ ਹੋਏ। ਸੁਣ ਲਓ, ਚੰਦਨ ਦਾ ਇੱਕ ਟੁਕੜਾ ਬਬੂਲ ਦੇ ਜੰਗਲ ਨਾਲੋਂ ਕਿਤੇ ਬਿਹਤਰ ਹੁੰਦਾ, ਸ਼ਹਿਦ ਦੀ ਇੱਕ ਬੂੰਦ ਸਿਰਕੇ ਦੇ ਢੋਲ ਨਾਲੋਂ ਕਿਤੇ ਬਿਹਤਰ ਹੁੰਦੀ ਹੈ। ਕਿਤੇ ਭਰਮ 'ਚ ਨਾ ਜਾਓ ਇਹਨਾਂ ਚੱਲੇ ਕਾਰਤੂਸਾਂ ਦੇ, ਇਹਨਾਂ ਦੇ ਪੱਲੇ ਹੀ ਕੱਖ ਨਹੀਂ, ਦਰਵਾਜ਼ੇ ਤਖ਼ਤ ਨਹੀਂ ਨਾਮ ਤਖ਼ਤ ਸਿੰਘ, ਪੱਲੇ ਹੀ ਕੱਖ ਨਹੀਂ ਇਹਨਾਂ, ਉਹੀ ਹਾਲ ਬੀਜੇਪੀ ਦਾ। ਇਸ ਕਰਕੇ ਧਿਆਨ ਦੇ ਨਾਲ, ਸਮਝ ਦੇ ਨਾਲ, ਸੋਚ ਦੇ ਨਾਲ ਧਰਮ ਦੀ ਰਾਜਨੀਤੀ ਨੂੰ ਜਿਤਾਉਣਾ, ਧਰਮ ਦੀ ਰਾਜਨੀਤੀ ਨੂੰ ਜਿਤਾਉਣਾ। ਧਰਮਾਂ 'ਚੋਂ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ, ਪੰਜਾਬ ਵੱਲੀ ਖੜ ਕੇ ਵੋਟਾਂ ਪਾਉਣੀਆਂ ਤੇ ਪੰਜਾਬ ਨੂੰ ਜਿਤਾਉਣਾ। ਹੁਣ ਦੋਵੇਂ ਹੱਥ ਖੜੇ ਕਰ ਦਿਓ ਤੇ ਜੇ ਨਾਰਾ ਤਗੜਾ ਲੱਗੂ ਤੇ ਸੁੱਖਾ ਕੱਪੀ ਭੱਜੂ।